ਏਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ ਮੈਂ ਤੁਹਾਡਾ ਦੋ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਲਈ ਚੱਲਦੇ ਹਾਂ ਸੰਗਰੂਰ। ਦੱਸਣਾ ਚਾਹੁੰਦਾ ਦੋਸਤੋ ਕਿ ਜਿਵੇਂ ਜਿਵੇਂ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ, ਹਰ ਇੱਕ ਪਾਰਟੀ ਪਿੰਡ ਪਿੰਡ ਜਾ ਕੇ ਆਪਣੀ ਪਾਰਟੀ ਦਾ ਪ੍ਰਚਾਰ ਕਰਦੀ ਹੈ ਔਰ ਆਪਣੇ ਆਪ ਨੂੰ ਮਤਲਬ ਚੋਣਾਂ ਵਿੱਚ ਵੋਟ ਲੈਣ ਦੀ ਦਾਅਵੇਦਾਰੀ ਪੇਸ਼ ਕਰਦੀ ਹੈ। ਭਗਵੰਤ ਮਾਨ ਦੀ ਜੇ ਗੱਲ ਕਰੀਏ, ਪਿਛਲੇ ਦਿਨੀ ਰਾਤ ਦੇ ਸਮੇਂ ਦਾ ਇੱਕ ਵੀਡੀਓ ਸੀ ਜਿਸ ਵਿੱਚ ਉਹ ਮਤਲਬ ਰਵਾਇਤੀ ਪਾਰਟੀਆਂ ਦੇ ਉੱਪਰ ਕਾਫੀ ਨਿਸ਼ਾਨੇ ਕੱਸ ਰਹੇ ਸਨ ਔਰ ਲੋਕਾਂ ਦਾ ਮਨੋਰੰਜਨ ਵੀ ਕਰ ਰਹੇ ਸਨ। ਹੁਣ ਉਸ ਤੋਂ ਬਾਅਦ ਦੀ ਕੀ ਅਪਡੇਟ ਹੈ, ਚੱਲਦੇ ਹਾਂ ਜਗਤਾਰ ਬਾਬਾ ਜੀ ਦੇ ਕੋਲ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਬਾਬਾ ਜੀ ਕੀ ਅਪਡੇਟ ਹੈ? ਜਿਵੇਂ ਭਗਵੰਤ ਮਾਨ ਜੀ ਨੇ ਪਿਛਲੇ ਦਿਨੀ ਪਿੰਡਾਂ ਦੇ ਵਿੱਚ ਦੌਰਾ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਕਿਹਾ ਸੀ ਵੀ ਕਈ ਵਾਰੀ ਵੀ ਗੰਦਗੀ ਇੰਨੀ ਹੁੰਦੀ ਹੈ ਵੀ ਝਾੜੂ ਦੋ ਵਾਰੀ ਲਗਾਉਣਾ ਪੈ ਜਾਂਦਾ, ਵੀ ਅਕਾਲੀ ਦਲ ਨੇ ਜਿਹੜੀ ਗੰਦਗੀ ਬਹੁਤ ਜ਼ਿਆਦਾ 10 ਸਾਲਾਂ 'ਚ ਫੈਲਾ ਦਿੱਤੀ ਸੀ ਜੀ। ਇਹਦੇ ਕਾਰਨ ਜਿਹੜਾ ਇਹਦਾ ਰਿਐਕਸ਼ਨ, ਬਾਬੂ ਪ੍ਰਕਾਸ਼ ਚੰਦ ਗਰਗ ਜੀ ਜੋ ਕਿ ਸਾਬਕਾ MLA ਸੰਗਰੂਰ ਨੇ ਜੀ, ਉਹਨਾਂ ਨੇ ਦੱਸਿਆ ਹੈਗਾ, ਕਹਿੰਦੇ ਵੀ ਅਕਾਲੀ ਦਲ ਹੁੰਦੇ ਤਾਂ ਬਹੁਤ ਜ਼ਿਆਦਾ ਕੰਮ ਹੁੰਦੇ ਸੀ ਭਗਵੰਤ ਮਾਨ ਕਹਿਣ ਨੂੰ ਕੀ ਕਹਿੰਦਾ ਹੈਗਾ, ਤੇ ਇੱਥੋਂ ਤੱਕ ਕਿਹਾ ਵੀ ਉਹਨਾਂ ਨੇ ਪੰਜਾਬ ਦਾ ਜਿਹੜਾ 4-5 ਸਾਲਾਂ ਦੇ ਵਿੱਚ ਨਾਸ਼ ਮਾਰਿਆ ਹੈਗਾ ਵੀ ਉਹਦਾ ਤੇ ਸੰਗਰੂਰ ਦਾ ਭਗਵੰਤ ਮਾਨ ਨੇ ਜਿੰਨਾ ਨਾਸ਼ ਮਾਰਿਆ ਹੈਗਾ ਵੀ ਉਹ ਕੁਛ ਵੀ ਕਹਿਣ ਯੋਗਰਾ ਨਹੀਂ ਹੈਗਾ, ਵੀ ਅਸੀਂ ਜਿੱਥੇ ਆਪਣੇ ਸਟੈਂਡ ਤੇ ਖੜਿਆਂਗੇ ਤੇ ਜਿਹੜੇ ਅਕਾਲੀ ਦਲ ਪਾਰਟੀ ਹੈਗੀ ਉਹ ਹਮੇਸ਼ਾ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ, ਪਰ ਆਮ ਆਦਮੀ ਪਾਰਟੀ ਜਿਹੜੇ ਲੋਕਾਂ ਦੇ ਕਿ ਲੋਕ ਵੀ ਜਿਹੜੇ ਇਹਨਾਂ ਦੇ ਚੁਟਕਲਿਆਂ 'ਚ ਜਾਂ ਕੋਈ ਗੱਲਾਂ ਬਾਤਾਂ 'ਚ ਨਹੀਂ ਆਉਣਗੇ। ਬਾਬੂ ਪ੍ਰਕਾਸ਼ ਚੰਦ ਗਰਗ ਨੇ ਵੱਖ ਵੱਖ ਉਹਨਾਂ ਦੇ ਨਿਸ਼ਾਨੇ ਸਾਧਦੇ ਹੋਏ ਉਹਨਾਂ ਤੇ ਬਹੁਤ ਕੁਛ ਕਿਹਾ ਵੀ ਇਸ ਵਾਰ ਜਿਹੜਾ ਉਹਨਾਂ ਦੀ ਟੱਕਰ ਦੇ ਵਿੱਚ ਇਹੋ ਜਿਹਾ ਉਮੀਦਵਾਰ ਹੋਵੇਗਾ ਜਿਹੜਾ ਕਿ ਭਗਵੰਤ ਮਾਨ ਦੀ ਜਿਹੜੀ ਜ਼ਮਾਨਤ ਜ਼ਬਤ ਹੋਵੇਗੀ। ਪਹਿਲਾਂ ਜੇ ਲਾਇਆ ਜਾਵੇ ਤਾਂ ਪਹਿਲਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਸੀ ਜੋ ਕਿ ਮਤਲਬ ਰਾਜਨੀਤੀ ਦੇ ਥੰਮ ਨੇ, ਉਹਨਾਂ ਨੂੰ ਟੱਕਰ ਦਿੱਤੀ ਹੈ, ਪੁੱਛਣਾ ਸੀ ਤੁਸੀਂ? ਨਹੀਂ ਜੀ ਨਹੀਂ, ਹਾਂ ਉਹਨਾਂ ਨੂੰ ਪਹਿਲਾਂ ਲੋਕ ਸਭਾ ਦੇ ਵਿੱਚ ਟੱਕਰ ਦਿੱਤੀ ਸੀ ਸੰਗਰੂਰ ਤੋਂ, ਪਰ ਉਸ ਤੋਂ ਬਾਅਦ ਉਹ ਰਾਜ ਸਭਾ ਦੇ ਮੈਂਬਰ ਬਣਾਏ ਗਏ ਸੀ ਤੇ ਹੁਣ ਇਸ ਵਾਰ ਅਕਾਲੀ ਦਲ ਨੇ ਫਿਲਹਾਲ ਕੋਈ ਰਸਮੀ ਜਿਹੜਾ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਨੀ ਹੈਗਾ ਤੇ ਉਹਦੇ ਬਾਰੇ ਵੀ ਅਸੀਂ ਗੱਲਬਾਤ ਕੀਤੀ ਸੀ ਪ੍ਰਕਾਸ਼ ਚੰਦ ਗਰਗ ਜੀ ਨਾਲ, ਉਹਨਾਂ ਨੇ ਕਿਹਾ ਵੀ ਹਜੇ ਥੋੜਾ ਜਿਹਾ ਪਾਰਟੀ ਦੇ ਵਿੱਚ ਚੱਲ ਰਿਹਾ ਹੈਗਾ ਆਪਣਾ, ਜਿਵੇਂ ਘਰ ਦੇ ਵਿੱਚ ਕੋਈ ਗੱਲਬਾਤ ਹੋ ਜਾਂਦੀ ਹੈਗੀ ਵੀ ਉਹਨੂੰ ਕੋਈ ਗੱਲ ਨੀ ਥੋੜੇ ਦਿਨਾਂ ਦੇ ਵਿੱਚ ਦੂਰ ਕਰ ਲਿਆ ਜਾਵੇਗਾ ਤੇ ਜਲਦੀ ਜਿਹੜਾ ਉਮੀਦਵਾਰ ਹੈਗਾ ਸਟਰੋਂਗ ਉਮੀਦਵਾਰ ਸੰਗਰੂਰ ਲੋਕ ਸਭਾ ਤੋਂ ਜਿਹੜਾ ਉਤਾਰਿਆ ਜਾਵੇਗਾ ਭਗਵੰਤ ਮਾਨ ਨੂੰ ਜਿਹੜਾ ਵਧੀਆ ਟੱਕਰ ਦੇ ਸਕੇ। ਸੋ ਦੋਸਤੋ ਜਗਤਾਰ ਬਾਬਾ ਜੀ ਦੇ ਨਾਲ ਪ੍ਰਕਾਸ਼ ਚੰਦ ਜੀ ਦੇ ਨਾਲ ਗੱਲਬਾਤ ਕੀਤੀ ਹੈ, ਕੀ ਗੱਲਬਾਤ ਕੀਤੀ ਹੈ ਗਰਗ ਸਾਹਿਬ ਨਾਲ, ਤੁਸੀਂ ਵੀ ਇਹਨਾਂ ਦੇ ਰੰਗ ਦਾ ਰਲ ਰਲ ਕੇ ਲੁੱਟੀ ਜਾਂਦੇ ਆ, ਕੋਈ ਗੱਲ ਨੀ, ਲੜਾਈ ਕਈ ਵਾਰੀ ਲੰਬੀ ਹੋ ਜਾਂਦੀ ਹੈ, ਕਈ ਵਾਰੀ ਸਾਨੂੰ ਕਹਿੰਦੇ ਆ ਪੱਤਰਕਾਰ ਮੈਨੂੰ ਕਹਿੰਦੇ ਵੀ ਆਪਾਂ ਉਮੀਦ ਕੀਤੀ ਸੀ ਤੁਸੀਂ ਬਹੁਤ ਜ਼ਿਆਦਾ ਸੀਟਾਂ ਦੀ, ਪਰ 20 ਸੀਟਾਂ ਆਈਆਂ ਨੇ। ਮੈਂ ਕਿਹਾ ਜੀ ਕੋਈ ਗੱਲ ਨੀ, ਕਈ ਵਾਰੀ ਗੰਦ ਇੰਨਾ ਜ਼ਿਆਦਾ ਪਿਆ ਹੁੰਦਾ ਝਾੜੂ 2 ਵਾਰੀ ਮਾਰਨਾ ਪੈਂਦਾ, ਅਕਾਲੀ ਦਲ ਤਾਂ ਖੜਤਾ ਇੱਕ ਤਾਂ ਨਵੇੜੇ, ਪਹਿਲੀ ਵਾਰ ਅਕਾਲੀ ਦਲ 1920 ਦਾ ਬਣਿਆ ਹੋਇਆ, ਅਕਾਲੀ ਦਲ ਪਹਿਲੀ ਵਾਰ 3 ਨੰਬਰ 'ਤੇ ਆਇਆ ਵੀਰੋ, ਪਹਿਲੀ ਵਾਰ ਐਸੇ ਨਿਰਾਸ਼ਾ 'ਚ ਐਸੇ ਨਮੋਸ਼ੀ 'ਚ ਪ੍ਰਕਾਸ਼ ਸਿੰਘ ਬਾਦਲ ਅੱਜ ਤੱਕ ਵਿਧਾਨ ਸਭਾ 'ਚ ਨਹੀਂ ਗਏ ਕਿਉਂਕਿ ਪਿਛਲੀਆਂ ਸੀਟਾਂ 'ਤੇ ਬਹਿਣ ਦੀ ਆਦਤ ਹੈ ਨਹੀਂ, ਮੂਹਰਲੀਆਂ ਸੀਟਾਂ ਤੁਸੀਂ ਦਿੱਤੀਆਂ ਨੇ, ਗਈ ਨਹੀਂ, 120 ਸਪੀਕਰ ਵਾਲੇ ਕਮਰੇ 'ਚ ਕੀ ਹੈ ਨਮੋਸ਼ੀ ਹੈ ਜਾਂਦੀ। ਮੈਂ ਹਰੇਕ ਸਟੇਜ 'ਤੇ ਕਹਿੰਦਾ ਰਿਹਾ ਬਾਦਲ ਸਾਹਿਬ ਤੁਹਾਡੀ ਉਮਰ ਲੰਬੀ ਹੋਵੇ, ਤੁਸੀਂ ਆਪਦੇ ਹੱਥੀਂ ਬਣਾਇਆ ਹੋਇਆ ਅਕਾਲੀ ਦਲ ਆਪਦੇ ਅੱਖੀਂ ਦੇਖ ਕੇ ਜਾਓ ਕਿ ਸੁਖਬੀਰ ਬਾਦਲ ਨੇ ਕਿਵੇਂ ਰੋੜਿਆ, ਉਹ ਦੇਖ ਲਓ ਹਾਲਤ ਅੱਜ। ਅੱਜ ਬਾਪੂ ਜੀ ਬਾਹਰ ਨਹੀਂ ਨਿਕਲਦੇ, ਨਮੇੜ ਤਾਂ ਕੰਮ ਜਦੋਂ ਲਾਤ ਮਾਰੀ ਨਿਕਲੇ ਵੀ ਐਂ ਹੁੰਦਾ ਫਿਰ। ਹਾਂ ਮੇਰੇ ਤੇ ਇਹਨਾਂ ਨੇ ਕੀ ਦੇਖਿਆ ਕਿ ਯਾਰ ਆਮ ਘਰਾਂ ਦੇ ਧੀਆਂ ਪੁੱਤ ਕਿਉਂ ਜਿੱਤ ਗਏ, ਬਈ ਸਾਡੇ ਧੀਆਂ ਪੁੱਤ ਕਿਉਂ ਨਹੀਂ ਜਿੱਤੇ, ਅਸੀਂ ਜਿੱਤਦੇ ਹੁੰਦੇ ਹਾਂ, ਆਮ ਲੋਕਾਂ ਦੇ ਧੀਆਂ ਪੁੱਤ ਹਾਰਦੇ ਹੁੰਦੇ ਨੇ, ਸੰਗਰੂਰ ਤੋਂ ਭਗਵੰਤ ਮਾਨ ਜਿੱਤ ਗਿਆ, ਆਮ ਘਰਾਂ ਦਾ ਧੀ ਪੁੱਤ ਮਹਿੰਦਰ ਮਾਸਟਰ ਦਾ ਮੁੰਡਾ ਕਿਉਂ ਜਿੱਤ ਗਿਆ, ਸਾਡੇ ਕਿਉਂ ਨਹੀਂ ਜਿੱਤੇ, ਇਸੇ ਗੱਲ ਦਾ ਸਾੜਾ, ਇਸੇ ਕਰਕੇ ਸਾਰੇ ਮੇਰੇ ਮਗਰ ਪਏ ਹੋਏ ਨੇ। ਉਹ ਕਹਿੰਦੇ ਲੋਕ ਉਹਨੂੰ ਪਿਆਰ ਕਰਦੇ ਆ, ਜਿੱਥੇ ਜਾਂਦਾ ਲੋਕ ਇੱਦਾਂ ਇਕੱਠੇ ਹੋ ਜਾਂਦੇ ਨੇ, ਉਹਦੀਆਂ ਗੱਲਾਂ ਸੁਣਦੇ ਨੇ, ਉਹਦੀਆਂ ਗੱਲਾਂ ਸੁਣ ਕੇ ਵੋਟਾਂ ਵੀ ਪਾਉਂਦੇ ਨੇ, ਸਾਰੇ ਪੰਜਾਬ ਤੋਂ ਵੱਧ ਵੋਟਾਂ ਪਾਈਆਂ। ਪਹਿਲਾਂ ਤਾਂ ਇਹ ਕਹਿੰਦੇ ਰਹੇ ਨਾ ਭਗਵੰਤ ਮਾਨ ਨੂੰ ਸੁਣਨ ਵਾਸਤੇ ਲੋਕ ਇਕੱਠੇ ਹੁੰਦੇ ਨੇ, ਵੋਟਾਂ ਨਹੀਂ ਪਾਉਂਦੇ, ਪਰ ਤੁਸੀਂ ਰਿਕਾਰਡ ਤੋੜਤੇ, ਉਦੋਂ ਬਾਅਦ ਇਹਨੂੰ ਪਤਾ ਲੱਗ ਗਿਆ ਵੀ ਵੋਟਾਂ ਵੀ ਪਾਉਂਦੇ ਨੇ, ਫਿਰ ਕਹਿੰਦੇ ਇਹਨੂੰ ਕਿਵੇਂ ਬਦਨਾਮ ਕਰੀਏ, ਇਹਦਾ ਕੋਈ ਪੁਰਾਣੀਆਂ ਵੀਡੀਓ ਕੱਢ ਕੇ ਬਦਨਾਮ, ਇਹਦੀ ਕੋਈ ਬਦਖੋਈ ਕਰ ਦਿਓ, ਇਹਦੇ ਚੰਗੇ ਕੰਮ ਕੋਈ ਨਾ ਗਿਣਾਇਓ, ਕਿ ਪੈਸੇ ਨਹੀਂ ਲੈਂਦਾ ਇਹ ਕਰਪਸ਼ਨ ਨਹੀਂ ਕਰਦਾ,
इन्हें किसी ते नजायज़ परचा नहीं कराया, इन्हें किसी ते नजायज़ कब्जा नहीं कराया, इन्हें किसी दे धी पुत नूं चिट्टे ते नहीं लाया, इन्हें किसी रेते की खड़ च हिस्सा नहीं पाया, इन्हें किसी बस च हिस्सा नहीं पाया। ये छड़ दो, बस अहीं कह दो कहिंदे भगवंत पिछले पांच साल तो कही जांदे भगवंत मान कहिंदे दिन रात शराब नाल टली रहिंदा। वीरो तुसीं दस दो थोड़े पिंड पिछले पांच साल तो जिहड़ा दिन रात पींदा उह जिउंदा हैगा हैगा? निपट गया ना कम? फिर बदनाम कर दिया बस। चलो कदे कदे, चलो कदे कदे मैं कोई हरेक बंदे च कमी हुंदी है, मैं ये भी कहता बरनाले कि जे कदे कदे वाले भी थोनू चुभदी है ना मैं वो भी छड़ी ले हुण मेरे च कोई कमी कट के दिखा। मैं हुण सुखबीर बादल नूं भी कहना जिहड़ी अग सवा तू खाने तू भी चेक करा, हर वक्त तेरी अख खड़ी रहिंदी है, खाधी पीती तैनू ये नहीं पता लगता कि की कह गया। प्रकाश सिंह बादल नूं कह जांदा मेरे पिता समान है, वो बादल नूं उठ के कहना पैंदा समान नहीं ओए पिता ही आ। सच्चियां ने ना, ताली मार के हौसला बधा दिओ। ये समझदे मजाक ही है, कोई गल नहीं, इन्हां नूं हुण कढ़न दो, हुण साडे च कोई नुक्स इहो जिहे वेले सुखबीर बादल रैली कर लूं इत्थे। पहली गल तो नेरे च हैलीकॉप्टर उतरदा नहीं, जे उतर गया तू ही चढ़ नहीं देना। कल नाल दी बड़ी जाईदी है, आही इन्हां नूं साडा के तो थकदा ही नहीं यार। मैं क्या, मैं लोगों चो निकलिया होया, मैं पैसे कमाउन नहीं आया भाई, कमीशन खान नहीं आया लोगों, मैं पैसे कमाने वाले काम छड्डी फिरदा, करोड़ों रुपये मैं भी फिल्मों चो कमा लैंदा, कोई गल नहीं। हर गल पैसे वास्ते नहीं हुंदी, मेरी आवाज नूं मशहूर किने कीता? लोगों ने। तुसीं मेरे चेहरे नूं मशहूर किने कीता? लोगों ने। तुसीं ते जे लोगों ने मेरी आवाज़ ते चेहरा मशहूर किया तो यह आवाज़ ते चेहरा लोगों के हकों वास्ते वरतूंगा, थोड़े हक च खड़ूंगा हर गल। कर लो जिन्हों जिन्ना मर्जी बदनाम कर लैन, मैनू कोई फर्क नहीं पैंदा जिन्ने चिर तुसीं मेरे नाल हो, जिन्ने चिर तुसीं मेरे नाल हो। जो इन्हां नूं हुण हत्थां पैरां दीआं पै गईआं कि यार आम लोग आ गए, ये तो सारा कुछ दसी जांदा है, इन तो बोलना भी आउंदा पार्लीमेंट च, यह सारे भेत खोली जांदा है। इदूं पहलां पार्लीमेंट च हरसिमरत कौर नूं किसी ने ऐ चिट झिड़किया सी, क्योंकि मेरा हक बनता है मैं बोलन लग्या तो हरसिमरत कौर मूहरों क्यों बोलती है बई, जो मेरी वारी है, जो वो वारी आई वो बोले, मूहरों रोकती सी। मैं क्या बहजा बीबा बहजा, सारे पंजाब तो बाद वोटा जित गए, ढींडसे नूं पुछ ली बहजा। इदू बद होर की कर सकते हैं, इन्हां दे टब्बर नूं पहलां कोई इहो जिहा भमक्कड़ टक्करे ही नहीं, पहलां सारे पैरियां थलाउण वाले सी, इदां भमक्कड़ां वड्डा बलम भाणदे फिरदे बिच वजदे बलम फ्योज। सो वीर थोड़े नाल दे थोड़े वर्गियां खड़िया वोटां वेले भी अहीं खड़दे सी, आ खड़े कुर्सी ते कोई फूंफा नहीं, कोई मैं तां हार पाते, मैं तां वैसे हार पाउण वाला लीडर है नहीं, मैं तो चाहना थोड़े थोड़ा आशीर्वाद ही रहे, थोड़े सिर पर हाथ, थोड़ा हाथ जिहड़ा मेरे हाथ मेरे मूहरे हाथ बन्ने ना होण, थोड़े हाथ जिहड़े मेरे सिर पर रहन, भरावां दे हाथ मेरे ना हाथ मिलाओ, आही तां आपां खत्म करना। ये हउआ बनाता एम पी आ गया, पता नहीं परां हो जाओ की गल बई, लोगों नहीं बनाया। आ खड़ा मैं थोड़े कोले, मैं तो बड़ी खुशी हुंदी है जदों नौजवान मुंडे यार दोस्तों वगू मैं बुलाते हैं, भगवंत भाई और ढींडसे कह देंगे ढींडसा और ढींडसा तो नहीं आता, पुलिस वाले आने तू आ गया, तीजे दिन छड़ा के लिया। सो ये हउआ बन गया सी, हउआ खत्म कर। भगवंत मान मसखरा है, छज तो बोले छलनी की बोले, तो भगवंत मान बारे तो मैं की कहाँ, मैं कदे निजी दोष नहीं लाए। भगवंत मान ने तो जिहड़ा जलूस संगरूर दा कढ़िया, जिहे जिहियां हरकतां उसने जाके पार्लीमेंट च कीतियां ने, पार्लीमेंट दे विच जिहड़े स्पीकर सीगे लोक सभा दे, उन्होंने इत्थों तक कहा कि मैं तो कहिंदी हैरान हाँ कि ऐसे लोगों को भी लोग पार्लीमेंट में भेज देते हैं। और उते दोष जो शराब पीन दा लाया खालसा, उन्हें स्पीकर नूं लिख के दिता कि जो नशेड़ी है उहदे चों उहदे विचों शराब की सारा दिन भड़ास मारती है, तो मैं वो कोले बैठ नहीं सकता। सारे संगरूर नूं उसने बदनाम किया। पांच साल तो बाद जदों इलैक्शन सिरते आ गईं, उन्हूं पता है कि पिंडां च नहीं बढ़ सकता, मैं कोई पांच साल की कारगुजारी नहीं दस सकता सिवाए चुटकले सुनाउण तों, हुण उह केजरीवाल के नाँ के उत्ते एक रैली कर ली।
ਉਹ ਰੈਲੀ ਜਿਹੜੀ ਰਵਾਇਤੀ ਪਾਰਟੀਆਂ ਦੇ ਮੁਤਾਬਕ ਕਰੀ ਹੈ, ਕਰੋੜਾਂ ਰੁਪਈਆ ਉਸ ਰੈਲੀ 'ਤੇ ਖਰਚ ਕਰਤਾ, ਹਜ਼ਾਰਾਂ ਬੱਸਾਂ ਦਾ ਅਰੇਂਜ ਕਰਦੇ ਫਿਰੀ ਗਏ, ਉਹਨਾਂ ਬੱਸਾਂ ਦਾ ਕਿਰਾਇਆ ਕਿਹਨੇ ਦਿੱਤਾ? ਮੈਂ ਕੇਜਰੀਵਾਲ ਨੂੰ ਅਤੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਵੀ ਕੀ ਉਹ ਰੈਲੀ ਸ਼ਰਾਬ ਛਡਾਉਣ ਵਾਸਤੇ ਕਰੀ ਸੀਗੀ? ਸ਼ਰਾਬ ਛੱਡਣਾ ਕੋਈ ਕਿਸੇ 'ਤੇ ਅਹਿਸਾਨ ਹੈ? ਇਹ ਪੰਜਾਬ ਦੇ ਲੋਕਾਂ ਨੇ ਕੋਈ ਸ਼ਹਾਦਤ ਦੇਤੀ, ਕੁਰਬਾਨੀ ਦੇਤੀ ਇਹ ਕੋਈ? ਉਹਨੂੰ ਇਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਪੇਸ਼ ਕੀਤਾ ਕਿ ਅੱਜ ਪੰਜਾਬ ਦੇ ਲੋਕਾਂ ਦੇ ਲੋਕਾਂ ਲਈ ਸ਼ਰਾਬ ਛੱਡਤੀ। ਜਿਹੜਾ ਬੰਦਾ ਸ਼ਰਾਬ ਦਾ ਆਦੀ ਹੈ, ਦਿਨ ਰਾਤ ਉਹ ਡਰਿੰਕਰ ਹੈ, ਕੀ ਉਹ ਸ਼ਰਾਬ ਛੱਡ ਸਕਦਾ? ਇਸ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਗੱਲ ਕਿ ਇਸ ਢੰਗ ਦੇ ਨਾਲ ਸ਼ਾਇਦ ਵੀ ਮੈਂ ਇਹ ਗੱਲ ਕਹਾਂ, ਸ਼ਰਾਬ ਛੱਡਣੀ ਦੀ ਪੀਂਦਾ ਕਿਉਂ ਸੀਗਾ? ਜੇ ਪੀਂਦਾ ਸੀ ਤਾਂ ਉਹਨਾਂ ਨੇ ਜਿਹੜਾ ਜਲੂਸ ਕੱਢਿਆ ਹੈ ਉਹਦਾ ਹੁਣ ਕੋਈ ਇਲਾਜ ਨਹੀਂ ਹੈ। ਅੱਜ ਉਹ ਅਕਾਲੀ ਦਲ ਦੀਆਂ ਗੱਲਾਂ ਕਰਦਾ ਕਿ ਦੋ ਵਾਰੀ ਝਾੜੂ ਮਾਰਨਾ ਪੈਂਦਾ ਸਫਾਈ ਕਰਨ ਵਾਸਤੇ। ਜਿਹੜੀ 4 ਸਾਲ ਦੇ ਵਿੱਚ ਇਹਨਾਂ ਨੇ ਗੰਦ ਪਾਇਆ ਉਹ ਮੇਰੇ ਖਿਆਲ ਹੈ ਵੀ ਆਉਣ ਵਾਲੇ 10 ਸਾਲ ਨਹੀਂ ਪੂਰਾ ਹੋਣਾ। ਇਹਨਾਂ ਨੂੰ ਇਸ ਗੱਲ ਦਾ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਪਤਾ ਲੱਗ ਜਾਣਾ ਵੀ ਲੋਕ ਸਾਡੇ ਨਾਲ ਕਿੰਨੇ ਖੜੇ ਨੇ। ਜਿਹੜਾ 5 ਵਾਰੀ ਪੰਜਾਬ ਦਾ ਮੁੱਖ ਮੰਤਰੀ ਰਹਿ ਗਿਆ ਉਹਨੂੰ ਭਗਵੰਤ ਮਾਨ ਵਰਗਾ ਮਸਖਰਾ ਬੰਦਾ ਉਹਨਾਂ ਦੀਆਂ ਗੱਲਾਂ ਕਰੇ? ਭਗਵੰਤ ਮਾਨ ਤਾਂ ਉਹਨਾਂ ਦੀ ਗੱਲ ਕਰਨ 'ਚ ਵੀ ਉਹਨੂੰ ਮਹਿਸੂਸ ਹੋਣਾ ਚਾਹੀਏ, ਸ਼ਰਮ ਹੋਣੀ ਚਾਹੀਦੀ ਹੈ। ਕੁਲ ਨਹੀਂ ਆਉਣਗੇ, ਤੁਹਾਡੇ ਸਾਹਮਣੇ ਨਤੀਜੇ ਆ ਜਾਣਗੇ ਜਿਹੀਆਂ ਜਿਹੀਆਂ ਗੱਲਾਂ ਉਹ ਕਰਦਾ ਫਿਰਦਾ, ਕਿਉਂਕਿ ਉਹਨੇ ਸੰਗਰੂਰ ਨੂੰ ਬਦਨਾਮ ਬਹੁਤ ਕੀਤਾ, 5 ਸਾਲ 'ਚ ਉਹਨੇ ਡੱਕਾ ਨਹੀਂ ਤੋੜਿਆ। ਭਗਵੰਤ ਮਾਨ ਦਾ ਵੀ ਜਿਹੜਾ ਉਹ ਗੱਲ ਸੀ ਉਹ ਹੁਣ ਲੋਕਾਂ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ ਕਿ ਉਹ ਗ੍ਰਾਫ ਹੈ ਜਿਹੜਾ ਉਹਨਾਂ ਦਾ ਬਿਲਕੁਲ ਨੀਚੇ ਆ ਚੁੱਕਿਆ, ਉਹ ਖੇਰੂ ਖੇਰੂ ਹੋਏ ਪਏ ਨੇ। ਉਸ ਲਈ ਮੌਕਾ ਦਿੱਤਾ ਸੀ ਉਹਨਾਂ ਨੂੰ, ਮੌਕਾ ਸੰਭਾਲ ਨਹੀਂ ਸਕੇ। ਆਮ ਆਦਮੀ ਪਾਰਟੀ ਤਾਂ ਸਾਰੀ ਖੇਰੂ ਹੋ ਚੁੱਕੀ ਆ, ਖੈਰ ਉਹਨਾਂ ਨੂੰ ਅਲੱਗ ਹੋ ਗਿਆ। ਪੰਜਾਬ ਦੇ ਮੁੱਦੇ ਨੇ ਜਿਹੜੇ ਆਮ ਆਦਮੀ ਪਾਰਟੀ ਕੇਜਰੀਵਾਲ ਦੇ ਹੁਕਮਾਂ 'ਤੇ ਚੱਲਦੀ ਹੈ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।